2022 ਦੇ ਵਿੱਚ ਝਾੜੂ ਦਾ ਬਟਨ ਦੱਬ ਕੇ ਜਿਹੜੀ ਸਰਕਾਰ ਬਣੂਗੀ ਨਾ, ਉਹ ਸਰਕਾਰ ਇਹੋ ਜਿਹੀ ਹੋਊਗੀ ਜਿਹਦੇ ਵਿੱਚ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪੈਣੀ, ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਕਿਸੇ ਨੂੰ ਟਾਵਰ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਕਿਸੇ ਤੇ ਲਾਠੀ ਚਾਰਜ ਨਹੀਂ ਹੋਊਗਾ, ਕਿਸੇ ਧੀ ਭੈਣ ਦੀ ਚੁੰਨੀ ਨਹੀਂ ਰੁੜੂਗੀ, ਪੱਗਾਂ ਨਹੀਂ ਲੈਣਗੀਆਂ, ਕਿਸੇ ਤੇ ਪਾਣੀ ਦੀਆਂ ਬਾਛੜਾਂ ਨਹੀਂ ਹੋਣਗੀਆਂ। ਬਹੁਤ ਹੀ ਬੁਰੇ ਹਾਲਾਤ ਹੈ, ਕਿਉਂਕਿ ਮਾਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਹੀ ਧਰਨਿਆਂ ਦੇ ਵਿੱਚ ਆ ਕੇ ਇਹ ਗੱਲ ਕਹੀ ਸੀ ਕਿ ਪਹਿਲਾ ਪਿੰਨ ਹੈ ਜਿਹੜਾ ਮੇਰਾ ਚੱਲੂਗਾ ਉਹ ਕੱਚੇ ਕੰਮਾਂ ਨੂੰ ਪੱਕਾ ਕਰਨ ਵਾਸਤੇ ਚੱਲੂਗਾ, ਅਤੇ ਜਿਹੜੇ ਤੁਸੀਂ ਆਹ ਧਰਨੇ ਲਾਏ ਹੋਏ ਆ ਇਹ ਮੇਰੀ ਸਰਕਾਰ 'ਚ ਕਦੇ ਨਹੀਂ ਲੱਗੂਗਾ। ਪੰਜਾਬ ਸਰਕਾਰ ਧੀਆਂ ਦੀਆਂ ਇੱਜ਼ਤਾਂ ਰੋਲਣ 'ਤੇ ਤੁਲੀ ਹੋਈ ਹੈ। ਅਸੀਂ ਸਿਰਫ ਇੱਕ ਪੈਨਲ ਮੀਟਿੰਗ ਮੰਗੀ ਆ, ਅਸੀਂ ਕਿਹੜਾ ਇਹਨਾਂ ਦਾ ਘਰ ਖਜ਼ਾਨਾ ਕੁਛ ਮੰਗ ਲਿਆ, ਅਸੀਂ ਕੋਈ ਨੌਕਰੀ ਨਹੀਂ ਮੰਗ ਰਹੇ, ਅਸੀਂ ਕੁਛ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਸਿਰਫ ਸਾਡੀ ਗੱਲ ਸੁਣ ਲਓ। ਜੇ ਆਮ ਆਦਮੀ ਹੈਗੇ ਨੇ ਸਾਡੇ ਕੋਲ ਇੱਥੇ ਸੜਕ 'ਤੇ ਆ ਕੇ ਸੁਣ ਲੈਂਦੇ ਸਾਡੀ ਗੱਲਬਾਤ, ਠੀਕ ਇਹਨਾਂ ਨੇ ਮੇਲਸ ਨੇ ਆ ਦੇਖੋ ਮੇਰੇ ਡੰਡਾ ਮਾਰ ਕੇ ਮੇਰੀ ਉਂਗਲ ਤੋੜਦੀ ਹੈ, ਕਿੰਨਾ ਬੁਰਾ ਹਾਲ ਹੈ ਉਦੋਂ ਦਾ, ਮੇਰਾ ਹੱਥ ਦੰਬ ਰਿਹਾ ਅਤੇ ਮੈਨੂੰ ਸ਼ਰਮ ਨਹੀਂ ਆਉਂਦੀ ਹੈਗੀ। ਧਰਨੇ ਛੱਡੋ, ਲੋਕਾਂ ਨੂੰ ਜਲੀਲ ਕਰ ਰਹੀ ਹੈ, ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਪੁਲਿਸ ਦੁਆਰਾ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ।